ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ 13 ਸਾਲ ਦਾ ਬੱਚਾ ਲਾਪਤਾ ਹੋ ਗਿਆ। ਨੰਗਲ ਡੈਮ ਤੋਂ ਉਸਦੀ ਸਾਈਕਲ ਅਤੇ ਚੱਪਲਾਂ ਮਿਲੀਆਂ ਨੇ। ਫਿਕਰਾਂ ਦੇ ਵਿੱਚ ਪੂਰਾ ਪਰਿਵਾਰ ਡੁੱਬ ਗਿਆ ਔਰ ਮਾਪਿਆਂ ਦਾ ਇਹ ਇਕੱਲਾ ਇਕੱਲਾ ਪੁੱਤ ਸੀ। ਇਸਦਾ ਪਿਤਾ ਦੁਬਈ ਦੇ ਵਿੱਚ ਮਜ਼ਦੂਰੀ ਕਰਦਾ ਹੈ। ਤਾਂ ਹੁਣ ਨੰਗਲ ਦੇ ਪਿੰਡ ਹੋਟਲੀ ਦੇ ਵਿੱਚ ਇਹਨਾਂ ਦਾ ਪਰਿਵਾਰ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਆਪਣੀ ਮਾਂ ਨੂੰ ਇਹ ਕਹਿ ਕੇ ਚਲਾ ਗਿਆ ਕਿ ਥੋੜੀ ਦੇਰ 'ਚ ਵਾਪਸ ਆਵਾਂਗਾ, ਪਰ ਵਾਪਸ ਨਹੀਂ ਆਇਆ। ਨੰਗਲ ਡੈਮ ਤੋਂ ਬੱਚੇ ਦੀ ਸਾਈਕਲ ਅਤੇ ਚੱਪਲਾਂ ਪੁਲਿਸ ਨੂੰ ਮਿਲੀਆਂ ਨੇ। ਫਿਲਹਾਲ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਨੰਗਲ ਦੀ ਪੁਲਿਸ ਦੇ ਵੱਲੋਂ ਵੀ ਸਾਰੇ ਯਤਨ ਕੀਤੇ ਜਾ ਰਹੇ ਨੇ। ਤਾਂ ਭੇਤ ਭਰੇ ਹਾਲਾਤਾਂ ਦੇ ਵਿੱਚ ਇਹ 13 ਸਾਲ ਦਾ ਬੱਚਾ ਲਾਪਤਾ ਹੋ ਗਿਆ। ਇਹ ਲੜਕੇ ਦੀ ਘਰ ਵਾਲਿਆਂ ਵੱਲੋਂ ਸਾਨੂੰ ਸਵੇਰੇ ਬੁਲਾਇਆ ਸੀ ਵੀ ਡੈਮ 'ਚ ਸਾਡੇ ਲੜਕੇ ਨੇ ਛਾਲ ਮਾਰੀ ਹੈ। ਨੰਗਲ ਡੈਮ ਤੋਂ ਉੱਥੋਂ ਸਰਚ ਸ਼ੁਰੂ ਕੀਤੀ ਸੀ, ਮੋਜੋ ਵੱਲ ਤਾਂ ਅਸੀਂ ਪੁੱਛ ਕੇ, ਪਰ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਮੁੰਡੇ ਦਾ ਜੀ। ਠੀਕ ਹੈ ਜੀ, ਬਾਕੀ ਦੇਖਦੇ ਹਾਂ ਅੱਗੇ ਵੀ ਟੋਲਣਾ ਹਜੇ। ਦਿੱਕਤ ਪਰੇਸ਼ਾਨੀ ਤਾਂ ਇਹੀ ਹੈ ਜੀ, ਬੂਟੇ ਬਹੁਤ ਲੇਟ ਹੋਏ ਆ ਵਿੱਚ, ਕੋਈ ਲੱਤਾਂ ਫਸਦੀਆਂ, ਕੁਛ ਮੱਛੀ ਦੀਆਂ ਡੋਰਾਂ ਹੈ। ਬਾਕੀ ਉਹਨਾਂ ਦੇ ਚੈੱਕ ਕਰਕੇ ਸਭ ਇੱਥੇ ਪੁੱਜੇ ਮੋਜੋ ਵੱਲ। ਠੀਕ ਹੈ ਜੀ, ਹੁਣ ਅੱਗੇ ਦੇਖਦੇ ਹਾਂ ਅੱਗੇ ਜਾਣਾ ਬਿੱਲ ਧਿਆਨੀ ਤੱਕ। ਹਾਂਜੀ, ਕੇਸ ਆ ਕਰਦੇ ਇੰਦਾ ਦੇ ਬੱਚਿਆਂ ਦੇ ਜੀ, ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਕ ਕੇ ਰੱਖਣਾ ਚਾਹੀਦਾ ਜੀ। ਜਾਣ ਇਹ ਦਿਨਾਂ 'ਚ ਤਾਂ ਬਹੁਤ ਜ਼ਿਆਦਾ ਕੇਸ ਆ ਜਾਂਦੇ ਜੀ, ਬੱਚੇ ਜਾ ਕੇ ਛਾਲਾਂ ਮਾਰਦੇ, ਘਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਹੈ ਜੀ। ਘਰਦਿਆਂ ਨੂੰ ਇਹੀ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ। ਸਰ, ਬੱਚਾ ਸੀਗਾ ਸਾਡਾ ਇੱਕ 13 ਸਾਲ ਦਾ, ਅਤੇ ਉਹ ਕੱਲ੍ਹ ਕੋਈ 7:15-20 ਤੋਂ ਘਰੋਂ ਗਿਆ, ਅਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਆ ਰਿਹਾ 5 ਦੇ ਵਿੱਚ। ਅਤੇ ਜਦੋਂ ਅਸੀਂ ਰਾਤ ਨੂੰ 9 ਬੱਚੇ ਦੀ ਪੜਤਾਲ ਕੀਤੀ, ਬੱਚਾ ਘਰ ਨਹੀਂ ਆਇਆ। ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ, ਸਰਚ ਅਭਿਆਨ ਚਲਾਇਆ ਰਾਤ ਨੂੰ, ਅਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜ੍ਹਾ ਮਿਲਿਆ। ਅਤੇ ਉਹਦੇ ਬਾਅਦ 'ਚ ਅਸੀਂ ਫਿਰ ਪੁਲਿਸ ਨੂੰ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ 'ਤੇ ਸਾਈਕਲ ਖੜ੍ਹਾ ਹੈ। ਅਤੇ ਉਹਦੇ ਬਾਅਦ 'ਚ ਫਿਰ ਅਸੀਂ ਇਹਨਾਂ ਦਾ ਫਿਰ ਥੋੜ੍ਹੇ ਅੱਗੇ ਗਏ ਤਾਂ ਉੱਥੇ ਉਹਦੀਆਂ ਚੱਪਲਾਂ ਪਈਆਂ ਸੀ। ਤਾਂ ਇਸ ਕਰਕੇ ਕੁਛ ਕਹਿ ਨਹੀਂ ਸਕਦੇ, ਬੱਚਾ ਵੀ ਜਾਂ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ। ਸਰ, ਕਦੀ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ, ਕੋਈ ਬਹਿਸਬਾਜ਼ੀ ਹੋਈ ਹੋਵੇ ਜਾਂ ਗੁੱਸੇ 'ਚ ਹੋ ਕੇ ਆ ਗਿਆ ਹੋਵੇ? ਕੁਛ ਨਹੀਂ ਸਰ, ਪਰਿਵਾਰ ਨਾਲ ਐਸਾ ਕੁਛ ਨਹੀਂ ਥਾ, ਬੱਚਾ ਬਹੁਤ ਅਨਮੋਲ ਸੀਗਾ ਅਤੇ ਪਿੰਡ 'ਚ ਸਾਰੇ ਬੱਚਿਆਂ ਨਾਲ ਹੱਸ ਖੇਡਦਾ ਸੀ। ਕੋਈ ਕੁਛ ਨਹੀਂ ਥਾ, ਫਾਦਰ ਉਹਦੇ ਬਾਹਰ ਹੈਗੇ ਦੁਬਈ 'ਚ ਰਹਿੰਦੇ ਨੇ, ਮਾਤਾ ਘਰ ਉਹ ਇਕੱਲੇ ਉਹ ਖੇਤਾਂ 'ਚ ਕੰਮ ਕਰਦੇ ਸੀ। ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਅਤੇ ਸਾਡੇ ਨਾਲ ਸੰਪਰਕ ਕੀਤਾ। ਫਿਰ ਰਾਤ ਅਸੀਂ ਫਿਰ ਉਹਨਾਂ ਦੀ ਪੜਤਾਲ ਕੀਤੀ, ਆਪਣਾ ਸ਼ਮਸ਼ਾਨ ਘਾਟ, ਆਪਣਾ ਬਹੌਰ ਸਾਹਿਬ ਦੇਖਿਆ ਅਸੀਂ, 2-4 ਸਾਰੇ ਮਹਿਤਪੁਰ ਤੱਕ ਪਿੰਡ ਵਾਲੇ ਨੇ। ਅਤੇ ਸਾਨੂੰ ਇੱਥੇ ਆ ਕੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬਰਾਮਦ ਹੋਇਆ, ਅਤੇ ਥੋੜ੍ਹਾ ਅੱਗੇ ਗਏ ਤਾਂ ਜਾ ਕੇ ਉੱਥੇ ਉਹਦੀ ਚੱਪਲਾਂ ਵੀ ਸੀਗੀਆਂ। ਅਤੇ ਸਾਨੂੰ ਫਿਰ ਕੁਛ ਸ਼ੱਕ ਹੋਇਆ ਵੀ ਹੋ ਸਕਦਾ ਕੁਛ ਇੱਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ। ਅਤੇ ਬਾਕੀ ਹੁਣ ਅਸੀਂ CCTV ਕੈਮਰੇ ਵੀ ਚੈੱਕ ਕਰਾ ਲਏ ਆਪਣੇ ਨੰਗਲ ਥਾਣੇ 'ਚ, ਅਤੇ ਉਹਦੇ ਵਿੱਚ ਵੀ ਨਹੀਂ ਆਇਆ। ਆਪਣਾ ਇੱਧਰ ਨਿਆ ਨੰਗਲ ਚੈੱਕ ਕਰਾਇਆ ਅਸੀਂ, ਅਤੇ ਉੱਥੇ ਉਹਨਾਂ ਦਾ ਥੋੜ੍ਹਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ, ਪਰ ਉਹ ਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ। 2 ਹੋ ਗਿਆ ਸਾਨੂੰ, ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਵੀ ਸਾਡਾ ਬੱਚਾ ਠੀਕ ਹੋਵੇ, ਬਾਕੀ ਉਸ ਮਾਲਕ ਦੇ ਹੱਥ ਹੈ ਜੀ। ਸਰ, ਨਾਮ ਕੀ ਸੀ ਬੱਚੇ ਦਾ? ਅਭਿਜੋਤ ਸਿੰਘ ਨਾਂ ਹੈ ਜੀ ਉਹਦਾ। ਹਾਂਜੀ, ਪਿਤਾ ਜੀ ਦਾ ਨਾਂ ਜੀ ਆਪਣਾ ਗੁਰਦੀਪ ਸਿੰਘ ਹੈ ਜੀ, ਪਿੰਡ ਪਟੋਲੀ ਹੈ। ਕਿੰਨੇ ਭੈਣ ਭਾਈ ਦੇ ਪਰਿਵਾਰ 'ਚ ਕੌਣ ਕੌਣ ਸੀ? 3 ਭਰਾ ਹੈ ਜੀ, ਇਹਦਾ ਅਭਿਜੋਤ ਜੋ ਫਾਦਰ ਹੈ, 3 ਭਰਾ ਹੈ ਜੀ। ਨਹੀਂ, ਬੱਚੇ ਦੇ ਅਭਿਜੋਤ ਦੀ ਇੱਕ ਸਿਸਟਰ ਦੀ, ਉਹਦੀ ਇੱਕ ਇੱਥੇ ਆ, ਦੋਨੇ ਸੀਗੇ ਭੈਣ ਭਰਾ।